ਨਾਮੀ ਗੈਂਗਸਟਰ ਕਾਲਾ ਜਠੇੜੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ। ਦੱਸਦੇ ਕਿ ਉਸਦਾ ਵਿਆਹ ਲੇਡੀ ਡੌਨ ਅਨੁਰਾਧਾ ਦੇ ਨਾਲ ਹੋਵੇਗਾ। 12 ਤਰੀਕ ਨੂੰ ਵਿਆਹ ਹੈ। ਪੁਲਿਸ ਦੀ ਨਿਗਰਾਨੀ ਦੇ ਵਿੱਚ ਕਾਲਾ ਜਠੇੜੀ ਦਾ ਵਿਆਹ ਹੋਵੇਗਾ। ਦੱਸਦੇ ਕਿ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਹੈ। ਵਿਆਹ ਦੇ ਲਈ ਦਿੱਲੀ ਨੇ ਗੈਂਗਸਟਰ ਨੂੰ 6 ਘੰਟੇ ਦੀ ਪੈਰੋਲ ਦਿੱਤੀ ਹੈ। ਇਸ ਦੌਰਾਨ ਦਿੱਲੀ ਪੁਲਿਸ ਵੀ ਉਸਦੇ ਵਿਆਹ ਦੇ ਵਿੱਚ ਮੌਜੂਦ ਰਹੇਗੀ। ਗੈਂਗਸਟਰ ਕਾਲਾ ਜਠੇੜੀ ਨੂੰ ਅਦਾਲਤ ਨੇ 12 ਮਾਰਚ ਨੂੰ ਦਿੱਲੀ ਦੇ ਵਿੱਚ ਵਿਆਹ ਅਤੇ 13 ਮਾਰਚ ਨੂੰ ਹਰਿਆਣਾ ਦੇ ਸੋਨੀਪਤ ਵਿੱਚ ਗ੍ਰਹਿ ਪ੍ਰਵੇਸ਼ ਲਈ 6 ਘੰਟੇ ਦੀ ਪੈਰੋਲ ਦਿੱਤੀ ਹੈ। ਕਾਲਾ ਜਠੇੜੀ ਹਰਿਆਣਾ ਦੇ ਸੋਨੀਪਤ ਦੇ ਪਿੰਡ ਜਠੇੜੀ ਦਾ ਰਹਿਣ ਵਾਲਾ, ਜਿਸ ਨੂੰ ਹਿਰਾਸਤੀ ਪੈਰੋਲ ਦਿੱਤੀ ਗਈ ਹੈ। ਉਸ ਵਿਰੁੱਧ ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਪੰਜਾਬ ਅਤੇ ਉੱਤਰਾਖੰਡ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਨੇ। ਕਾਲਾ ਜਠੇੜੀ ਆਪਣੀ ਪ੍ਰੇਮਿਕਾ ਅਨੁਰਾਧਾ ਦੇ ਨਾਲ ਵਿਆਹ ਕਰਵਾਉਣ ਜਾ ਰਿਹਾ। ਦੱਸਦੇ ਕਿ ਪੁਲਿਸ ਨੇ ਕਾਲਾ ਜਠੇੜੀ ਨੂੰ ਸਾਲ 2021 ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਕਾਲਾ ਜਠੇੜੀ 'ਤੇ ਕਤਲ, ਅਗਵਾ, ਡਕੈਤੀ, ਫਰੌਤੀ, ਜ਼ਮੀਨ ਹੜੱਪਣ ਵਰਗੇ ਕਈ ਮਾਮਲਿਆਂ ਦੇ ਵਿੱਚ ਮੁਲਜ਼ਮ ਹੈ। ਉਹ 12ਵੀਂ ਪਾਸ ਹੈ ਅਤੇ ਪਹਿਲਾਂ ਉਹ ਕੇਬਲ ਓਪਰੇਟਰ ਦਾ ਕੰਮ ਕਰਦਾ ਸੀ। 2004 ਦੇ ਵਿੱਚ ਲੁੱਟ ਖੋਹ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਝ ਸਾਲਾਂ ਬਾਅਦ ਕਤਲ ਕੇਸਾਂ ਦੇ ਵਿੱਚ ਉਸਦਾ ਨਾਮ ਸਾਹਮਣੇ ਆਇਆ। ਅਪਰਾਧ ਜਗਤ ਵਿੱਚ ਲੇਡੀ ਡੌਨ ਵਜੋਂ ਮਸ਼ਹੂਰ ਅਨੁਰਾਧਾ ਰਿਵਾਲਵਰ ਰਾਣੀ ਦੇ ਨਾਮ ਨਾਲ ਮਸ਼ਹੂਰ ਹੈ। ਕਾਲਾ ਜਠੇੜੀ ਨੂੰ 30 ਜੁਲਾਈ 2021 ਨੂੰ ਸਹਾਰਨਪੁਰ, ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨਾਲ ਅਨੁਰਾਧਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। 9 ਸਾਲ ਪਹਿਲਾਂ ਅਨੁਰਾਧਾ ਰਾਜਸਥਾਨ ਦੇ ਬਦਨਾਮ ਗੈਂਗਸਟਰ ਆਨੰਦਪਾਲ ਦੇ ਸੰਪਰਕ ਦੇ ਵਿੱਚ ਸੀ, ਪਰ ਬਾਅਦ ਵਿੱਚ ਆਨੰਦਪਾਲ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਅਤੇ ਅਨੁਰਾਧਾ ਰਾਜੂ ਬਸੌਂਦੀ ਦਾ ਨਿਸ਼ਾਨੇ 'ਤੇ ਸੀ, ਤਾਂ ਉਹ ਬਲਵੀਰ ਬਨੂੜਾ ਨਾਲ ਹੋ ਗਈ। ਇੱਥੋਂ ਬਲਵੀਰ ਬਨੂੜਾ ਦੀ ਗ੍ਰਿਫਤਾਰੀ ਤੋਂ ਬਾਅਦ ਅਨੁਰਾਧਾ ਲੋਰਸ ਦੇ ਸੰਪਰਕ ਦੇ ਵਿੱਚ ਆਈ, ਫਿਰ ਕਾਲਾ ਜਠੇੜੀ ਦੇ ਨਾਲ ਉਸਦੀ ਪ੍ਰੇਮ ਕਹਾਣੀ ਸ਼ੁਰੂ ਹੋਈ। ਹੁਣ ਦੋਵੇਂ ਵਿਆਹ ਕਰਨ ਜਾ ਰਹੇ ਨੇ। ਦੋਵਾਂ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ, ਤਾਂ ਅੱਜ ਨਿਊਜ਼ 18 ਦੇ ਵੱਲੋਂ ਘਰ ਦੇ ਵਿੱਚ ਜਾ ਕੇ ਕਾਲਾ ਜਠੇੜੀ ਦੀ ਮਾਤਾ ਦੇ ਨਾਲ ਗੱਲਬਾਤ ਕੀਤੀ ਗਈ, ਤਾਂ ਉਹਨਾਂ ਨੇ ਦੱਸਿਆ ਕਿ ਅੱਜ ਸਵੇਰੇ NIA ਦੇ ਵੱਲੋਂ ਰੇਡ ਕੀਤੀ ਗਈ। ਅਨੁਰਾਧਾ ਨੂੰ ਪੁੱਛ ਪੜਤਾਲ ਦੇ ਲਈ NIA ਦੀ ਟੀਮ ਆਪਣੇ ਨਾਲ ਲੈ ਗਈ। ਸੋ ਦੱਸ ਦਈਏ ਕਿ ਇੱਕ ਨਾਮੀ ਗੈਂਗਸਟਰ ਕਾਲਾ ਜਠੇੜੀ, ਜਿਸ 'ਤੇ ਕਈ ਅਪਰਾਧਿਕ ਮਾਮਲੇ ਦਰਜ ਨੇ, ਤਾਂ ਦਿੱਲੀ ਦੀ ਦੁਆਰਕਾ ਕੋਰਟ ਦੇ ਵੱਲੋਂ 6 ਘੰਟੇ ਦੀ ਪੈਰੋਲ ਆ ਜਿਹੜੀ ਵਿਆਹ ਦੇ ਲਈ ਦਿੱਤੀ। ਕਾਲਾ ਜਠੇੜੀ ਦਾ ਵਿਆਹ ਅਨੁਰਾਧਾ, ਜੋ ਲੇਡੀ ਡੌਨ ਦੇ ਵਜੋਂ ਮਸ਼ਹੂਰ ਹੈ, ਉਸਦੇ ਨਾਲ 12 ਮਾਰਚ ਨੂੰ ਦਿੱਲੀ ਦੇ ਵਿੱਚ ਹੋਵੇਗਾ। ਮਾਤਾ ਜੀ ਕਿੰਨੇ ਵਜੇ ਸਵੇਰੇ ਆਏ ਥੇ NIA ਕੀ ਟੀਮ ਵਾਲੇ? ਬੇਟਾ ਸਾਡੇ 5:45 ਇਸਾ ਟਾਈਮ ਹੋਗਾ ਪੱਕੀ ਨਾ ਬੇਰਾ। ਕਿੰਨੇ ਲੋਕ ਥੇ ਮਾਤਾ ਜੀ? ਲੋਕਾਂ ਦਾ ਭਾਈ ਬੇਰਾ ਹੈ ਨਾ, ਕਿਤਨੇ ਇੱਕ ਥੇ ਗਣੀ ਗੱਡੀ ਗੁੱਡੀ ਥੀ ਸਾਰੇ ਕਾ ਉਹ ਕਰ ਲਿਆ, ਚੈਕਿੰਗ ਕਰ ਰਹੀ ਸਾਰੀ। ਹਾਂ, ਉਹ ਕਿੰਨੇ ਦੇਰ ਤੱਕ ਰੁਕੇ ਥੇ ਮਾਤਾ ਜੀ? ਹਾਂ, ਉਹ ਰੁਕੇ ਬੇਟਾ 3-4 ਘੰਟੇ। 3-4 ਘੰਟੇ? ਹਾਂ। ਔਰ ਕੁਛ ਲੈ ਵੀ ਗਏ ਆਪ ਕੇ ਯਹਾਂ ਸੇ ਕੁਛ? ਹਾਂ, ਮਾਰੇ ਕਾਗਜ਼ ਕੁਗਜ਼ ਦੇਖੇ ਭਾਈ, ਮਾਰੀ ਫੋਨ ਫਾਨ ਦੇਖੇ, ਖਾਤੇ ਖੁਤੇ ਜੋ ਕੁਛ ਹੈ ਭਾਈ। ਔਰ ਕੁਛ ਪੁੱਛਤਾਛ ਵੀ ਕੀ ਮਾਤਾ ਜੀ ਆਪਸੇ? ਬਸ ਜੀ, ਖਾਸ ਪੁੱਛਤਾਛ ਤੱਕ ਕੁਛ ਕਰੀ ਨਹੀਂ ਭਾਈ।